ਜੈ ਗੁਰਦੇਵ ਜੈ ਪੀਮ ਸਾਥੀਓ ਮੈਂ ਫਲਜੰਦਰ ਤੂੰ ਫੈਨ ਅੰਬੇਡਕਰ ਟੀਵੀ ਤੋਂਰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਜੋ ਤੁਗਲਕਾਬਾਦ ਦਾ ਜੋ ਮੰਦਿਰ ਹੈ ਉਹਨੂੰ ਢਾਹ ਦਿੱਤਾ ਗਿਆ ਆ ਸੋ ਇਸ ਵਿਸ਼ੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਬੋਝਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਬਲਵਿੰਦਰ ਬਿੱਟਾ ਜੀ ਬਲਵਿੰਦਰ ਬਿੱਟਾ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਜੀ ਤੁਹਾਡਾ ਫੈਨ ਅੰਬੇਡਕਰ ਟੀਵੀ 'ਚ ਧੰਨਵਾਦ ਜੀ ਮੈਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਫੈਨ ਅੰਬੇਡਕਰ ਟੀਵੀ ਜੀ ਦਾ ਔਰ ਤੁਹਾਡਾ ਮੇਰੇ ਤੁਸੀਂ ਗ੍ਰਹਿ ਵਿਖੇ ਆਏ ਆ ਤੁਹਾਡਾ ਬਹੁਤ-ਬਹੁਤ ਸਵਾਗਤ ਮੇਰੇ ਵੱਲੋਂ ਔਰ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਸਰ ਆਪਾਂ ਅਗਰ ਗੱਲਬਾਤ ਕਰਾਂਗੇ ਕਿ ਜੋ ਸਤਗੁਰ रविदास ਮਹਾਰਾਜ ਜੀ ਦਾ ਜੋ ਤੁਗਲਕਬਾਦ ਦਾ ਜੋ ਮੰਦਿਰ ਆ ਉਹਨੂੰ ਢਾਹ ਦਿੱਤਾ ਗਿਆ ਆ ਉਹਦੇ ਬਾਰੇ ਤੁਹਾਡੀ ਕੀ رائے ਆ ਕਿ ਜੋ ਅੱਜ ਦੇ ਵਿੱਚ ਉਸ ਇਤਿਹਾਸਿਕ ਸਥਾਨ ਨੂੰ ਲੈ ਕੇ ਜੋ ਲੋਕਾਂ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਜੋ ਮੌਜੂਦਾ ਹਾਲਾਤ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਰਕਾਰ ਨੇ ਜੋ ਇਹ ਡਿਸੀਜਨ ਲਿਆ ਸੁਪਰੀਮ ਕੋਰਟ ਦਾ ਉਹ ਟਾਸਰਾ ਲੈ ਕੇ ਉਹ ਬਹੁਤ ਹੀ ਮੰਦਭਾਗਾ ਹੈ ਸਾਡੇ ਸਮਾਜ ਦੀ ਔਰ ਕਿਉਂਕਿ ਕਰੋੜਾਂ ਲੋਕਾਂ ਦੀ ਆਸਥਾ ਸਤਗੁਰੂ ਰਬਦਾਸ ਮਹਾਰਾਜ ਦੀ ਵਿੱਚ ਹੈ ਕਿਉਂਕਿ 1509 ਈਸਵੀ ਦੇ ਵਿੱਚ ਲੋਧੀ ਸ਼ਕੰਦਰ ਨੇ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਉਹ ਤਪੋ ਸਥਾਨ ਬਣਾਉਣ ਵਾਸਤੇ ਇਹ ਉਹਨਾਂ ਨੂੰ ਦਾਨ ਚ ਦਿੱਤੀ ਸੀ ਔਰ ਲੋਧੀ ਸ਼ਕੰਦਰ ਉਸੇ ਸਥਾਨ ਤੇ ਸਤਗੁਰੂ ਰਵਿਦਾਸ ਮਹਾਰਾਜ ਦੇ ਸ਼ਿਸ਼ ਬਣੇ ਸੀ ਜੀ ਹਾਂ ਇਸ ਕਰਕੇ ਇਹ ਸੁਪਰੀਮ ਕੋਰਟ ਨੇ ਇਹ ਦਾ ਜਿਹੜਾ ਓਟ ਆਸਰਾ ਲੈ ਕੇ ਸਰਕਾਰ ਨੇ ਮੰਦ ਭੱਗਾ ਇਹ ਫੈਸਲਾ ਜਿਹੜਾ ਕੀਤਾ ਹੈ ਮੈਂ ਉਹਦੀ ਬਹੁਜਨ ਸਮਾਜ ਪਾਰਟੀ ਵੱਲੋਂ ਹੋਰ ਸਮੂਹ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਜਿੱਦਾਂ ਕਿ ਸਤਗੁਰੂ ਰਵਿਦਾਸ ਧਰਮ ਸਮਾਜ ਔਰ ਜਿਹੜੀ ਸਾਡੀ ਇੱਥੇ ਸੰਘਰਸ਼ ਕਮੇਟੀ ਬਣੀ ਹੋਈ ਹੈ ਔਰ ਜਿਹਦੇ ਵਿੱਚ ਸ਼ਰੋਮਣੀ ਮੰਦਰ ਸ੍ਰੀ ਗੁਰੂ ਰਵਿਦਾਸ ਵਸਤੀ ਜੋਧੇਵਾਲ ਔਰ ਹੋਰ ਬਖ ਬਖ ਸੁਭਾਵਾਂ ਦੇ ਆਗੂ ਸਹਿਵਾਣ ਔਰ 45 ਮੈਂਬਰੀ ਕਮੇਟੀ ਸੰਘਰਸ਼ ਕਮੇਟੀ ਜਿਹੜੀ ਬਣੀ ਹੋਈ ਹੈ ਲੁਧਿਆਣੇ ਦੀ ਉਹਦਾ ਵੀ ਮੈਂ ਮੈਂਬਰ ਆ ਉਹਦਾ ਵੱਲੋਂ ਵੀ ਸਾਰੀਆਂ ਸੰਸਥਾਵਾਂ ਵੱਲੋਂ ਔਰ ਰਾਜਨੀਤਿਕ ਤੌਰ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਇਹਦੀ ਘੋਰ ਨਿੰਦਿਆ ਕਰਦਾ ਔਰ ਸੁਪਰੀਮ ਕੋਰਟ ਦੀ ਵੀ ਮੈਂ ਨਿੰਦਿਆ ਕਰਦਾ ਚਾਹੇ ਮੇਤੇ ਕੋਈ ਵੀ ਐਕਟ ਲੱਗ ਜਾਵੇ ਪਰ ਸੁਪਰੀਮ ਕੋਰਟ ਨੇ ਵੀ ਇਹ ਤੱਥਾਂ ਨੂੰ ਉਹ ਨਾ ਜਾਣਦੇ ਹੋਏ ਜਲਦਬਾਜ਼ੀ ਚ ਇੱਕ ਇੱਕ ਦੋ ਦਿਨ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਬਹੁਤ ਮੰਦ ਭਾਗਾ ਦਿੱਤਾ ਔਰ ਇਹ ਸੁਪਰੀਮ ਕੋਰਟ ਦੀ ਇਹ ਫੈਸਲੇ ਦੀ ਵੀ ਮੈਂ ਘੋਰ ਨਹੀਂ ਦਿਆ ਕਰਦਾ ਔਰ ਸਰ ਜਿੱਦਾਂ ਜੋ ਅੱਜ ਦੇਸ਼ ਦੇ ਵਿੱਚ ਜੋ ਇੱਕ ਦਿੱਲੀ ਦੇ ਵਿੱਚ ਇੱਕ ਭਾਰੀ ਇਕੱਠ ਰੱਖਿਆ ਜਾ ਰਿਹਾ ਇਸ ਇਤਿਹਾਸਿਕ ਸਥਾਨ ਨੂੰ ਲੈ ਕੇ 21 ਤਰੀਕ ਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਹ ਆ ਵੀ ਅੱਜ ਅਸੀਂ ਇਹ 3 ਵਜੇ ਇਹ ਸ੍ਰੀ ਗੁਰੂ ਵਿਦਾਸ ਧਰਮਸਥਾਨ ਮੋਹੱਲਾ ਕਾਰੋਬਾਰਾ ਵਿਖੇ ਸਮੂਹ ਸਭਾਵਾਂ ਦੇ ਆਗੂ ਸਹਿਬਾਨ ਔਰ ਸਾਡੀ 45 ਮੈਂਬਰੀ ਜਿਹੜੀ ਸੰਘਰਸ਼ ਕਮੇਟੀ ਆ ਔਰ ਸਤਿਗੁਰੂ ਰਵਿਦਾਸ ਸ਼੍ਰੋਮਣੀ ਮੰਦਿਰ ਵਸਤੀ ਜੋਧਿਆਲ ਦੇ ਵਿੱਚ ਜਿਹੜੇ ਆਗੂ ਮੈਂਬਰ ਇਹਨੂੰ ਲੀਡ ਕਰ ਰਹੇ ਆ ਉਹ ਸਾਰੇ ਅਸੀਂ ਇਕੱਠੇ ਹੋਏ ਆ ਉਹਦੇ ਵਿੱਚ ਅਸੀਂ ਜੈਜਾ ਲਿਆਗਾ ਵੀ ਕਿੰਨੀ ਕੁ ਸੰਗਤ ਲੁਧਿਆਣੇ ਦੇ ਅੰਦਰ ਉਜਾ ਸਕਦੀ ਆ ਔਰ ਹੁਣ ਉਹ ਜੈਜਾ ਲੈਣ ਤੋਂ ਬਾਅਦ ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਇਹ ਸਿੱਧ ਹੋਇਆ ਵੀ ਲੁਧਿਆਣੇ ਤੋਂ 15 ਤੋਂ 20 ਬੱਸਾਂ ਜਾਣ ਲਈ ਤਿਆਰ ਹੋ ਜਾਂ ਮੌਕੇ ਤੇ 12 ਬਸਾਂ ਜਿਹੜੀਆਂ ਸੰਗਤਾਂ ਨੇ ਆਪ ਅਲਾਉਂਸ ਕੀਤਾ ਦੱਸਿਆ ਵੀ ਆ ਬਸ ਇਸ ਇੱਥੋਂ ਜਾਵੇਗੀ ਆ ਬਸ ਇਸ ਇੱਥੋਂ ਜਾਵੇਗੀ ਔਰ 12 ਬਸਾਂ ਕਿੰਨੇ ਲੋਕ ਪਹੁੰਚ ਸਕਦੇ ਸਰ ਹੂੰ ਲੁਧਿਆਣੇ ਦੀ ਜੇ ਮੈਂ ਗੱਲ ਕਰਾਂ ਕਈ ਸਾਥੀ ਟ੍ਰੇਨਰ ਆਹੀ ਜਾ ਰਹੇ ਆ ਮੇ ਜੋ ਮੇਰਾ ਮੰਨਣਾ ਹੈਗਾ ਵੀ ਜਿੱਦਾਂ ਜੇ ਲੁਧਿਆਣੇ ਦੇ ਅੰਦਰੋਂ 20 ਬੱਸਾਂ ਜਾਂਦੀਆਂ 20 ਬੱਸਾਂ ਦੇ ਵਿੱਚ ਕਿੰਨੀ ਗੈਦਰਿੰਗ ਹੁੰਦੀ ਆ ਸਾਰਿਆਂ ਨੂੰ ਪਤਾ ਲਗਭਗ ਸਾਰੇ ਲੁਧਿਆਣੇ ਦੇ ਅੰਦਰੋਂ 10 ਤੋਂ 20000 ਦੇ ਵਿੱਚ ਵਿੱਚ ਲੋਕੀ ਪਹੁੰਚਣ ਦੀ ਸਾਨੂੰ ਉਮੀਦ ਹੈਗੀ ਆ ਵੀ ਲੁਧਿਆਣੇ ਦੇ ਅੰਦਰੋਂ ਇੰਨੇ ਲੋਕ ਪਹੁੰਚ ਸਕਦੇ ਆ ਐ ਟ੍ਰੇਨਰ ਆਹੀ ਆਪਣੀਆਂ ਪਰਸਨਲ ਗੱਡੀਆਂ ਰਾਹੀਂ ਔਰ ਬੱਸਾਂ ਰਾਹੀਂ ਔਰ ਸਰ ਅਗਰ ਮੈਂ ਗੱਲ ਤੁਹਾਡਾ ਇੱਕ ਹੋਰ ਕੁਐਸਚਨ ਕਰਨਾ ਚਾਹਨਾ ਕਿ ਜੋ ਬਹੁਜਨ ਸਮਾਜ ਪਾਰਟੀ ਦੀ ਜੋ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੂੰ ਇੱਕ ਆਪਾਂ ਬਹੁਜਨ ਸਮਾਜ ਦੇ ਰਖਵਾਲੇ ਵੀ ਕਹਿੰਦੇ ਆ ਬਹੁਜਨ ਸਮਾਜ ਦੇ ਹੱਕਾਂ ਦੀ ਆਵਾਜ਼ ਚੱਕਣ ਦੀ ਜੋ ਪਾਰਟੀ ਇੱਕ ਬਹੁਜਨ ਸਮਾਜ ਪਾਰਟੀ ਹੀ ਮੰਨੀ ਜਾਂਦੀ ਸੀ ਔਰ ਉਸ ਦੇ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਕਿਉਂ ਨਹੀਂ ਕੋਈ ਇਸ ਮੰਦਰ ਨੂੰ ਲੈ ਕੇ ਕੋਈ ਥੋਸ ਸੈਕਸ਼ਨ ਜਾਂ ਕੋਈ ਥੋਸ ਬਿਆਨ ਦਿੱਤੇਗੇ ਦੇਖੋ ਪੈਣ ਕੁਮਾਰੀ ਮਾਇਆਬਤੀ ਸਾਡੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਅਧਿਅਕਸ਼ ਹੈ ਜੀ ਉਹਦੀ ਆਪਣੀ ਕੋਈ ਇਹ ਹੋਵੇਗੀ ਸੋਚ ਹੋਵੇਗੀ ਪਰ ਮੇਰਾ ਮੰਨਣਾ ਹੈ ਵੀ ਜਿੱਥੇ ਭੈਣ ਕੁਮਾਰੀ ਮਾਇਆਬਤੀ ਨੇ ਕੋਈ ਇਦਾਂ ਦਾ ਬਿਆਨ ਨਹੀਂ ਦਿੱਤਾ ਇਹ ਇਹ ਪ੍ਰੈਸ ਕਾਨਫਰੰਸ ਬੁਲਾ ਕੇ ਪਰ ਮੈਂ ਇਹ ਚਾਹੁੰਦਾ ਹਾਂ ਮੇਰਾ ਆਪਣਾ ਕਹਿਣਾ ਇਹ ਆ ਮੈਂ ਸਮਝਦਾ ਹਾਂ ਵੀ ਭੈਣ ਕੁਮਾਰੀ ਮਾਇਆਬਤੀ ਸਤਗੁਰੂ ਰਵਿਦਾਸ ਦੇ ਪਾਵਨ ਸਥਾਨ ਨੂੰ ਲੈ ਕੇ ਗੰਭੀਰਤਾ ਨਾਲ ਸੋਚ ਵਿਚਾਰਤਾ ਕਰ ਰਹੀ ਹੈ ਪਰ ਇਹਦਾ ਕਾਰਨ ਮੈਨੂੰ ਸਾਡੇ ਕਿਸੇ ਵਰਕਰ ਨੂੰ ਜਾਂ ਪਾਰਟੀ ਹਾਈ ਕਮਾਂਡ ਨੂੰ ਨਹੀਂ ਹਲੇ ਤੱਕ ਨਾ ਉਹਨਾਂ ਨੇ ਦੱਸਿਆ ਤੇ ਨਾ ਮੈਨੂੰ ਇਹਦੇ ਬਾਰੇ ਪਤਾ ਹੈ ਵੀ ਉਹਨਾਂ ਨੇ ਬਿਆਨ ਕਿਉਂ ਨਹੀਂ ਲਾਇਆ ਜੀ ਇਹਦੇ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਆਪਣੇ ਵੱਲੋਂ ਜੀ ਔਰ ਸਰ ਜਿੱਦਾਂ ਕਿ ਜੋ 13 ਤਰੀਕ ਦਾ ਜੋ ਇੱਕ ਬੰਦ ਦਾ ਐਲਾਨ ਕੀਤਾ ਗਿਆ ਸੀ ਪੰਜਾਬបាន ਦਾ ਔਰ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਰੋਡਾਂ ਦੇ ਉੱਤੇ ਸਮਰਥਨ ਦਿੱਤਾ ਜਿਨ੍ਹਾਂ ਨੇ ਕਿ ਰੋਡਾਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਉਹ ਦਿਖਾਈ ਵੀ ਦਿੱਤੇ ਕਿ ਇਹ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਕੋਈ ਇਹ ਰਾਜਨੀਤੀ ਦਾ ਦੌਰ ਚਲਾ ਰਹੇ ਸੀ ਵਿੱਚ ਜਾਂ ਫਿਰ ਇੱਕ ਖੁੱਲੇ ਤੌਰ ਤੇ ਇੱਕ ਸਮਾਜਿਕ ਸਮਰਥਨ ਨਹੀਂ ਸੀਗਾ ਕਿਉਂਕਿ ਜਿਹੜੇ ਲੋਕ ਸੰਘਰਸ਼ੀਲ ਹੁੰਦੇ ਆ ਜਿਨ੍ਹਾਂ ਨੂੰ ਇਹ ਮੂਵਮੈਂਟ ਅੰਦੋਲਨਾਂ ਦੇ ਵਿੱਚ ਕੰਮ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ ਔਰ ਜਿਹੜੇ ਲੋਕ ਕਰ ਰਹੇ ਆ ਉਹਨਾਂ ਦੀਆਂ ਭਾਵਨਾ ਆ ਜਿਹੜੇ ਸਤਗੁਰੂ ਰਵੀਦਾਸ ਮਹਾਰਾਜ ਜੀ ਦੀ ਨਾਮਲੇਵਾ ਸੰਗਤ ਆ ਜਿਹੜੇ ਨਿਰਸਵਾਰਥ ਲੋਗ ਆ ਜਿਨ੍ਹਾਂ ਦਾ ਕੋਈ ਸਵਾਰਥ ਨਹੀਂ ਹੈ ਕੋਈ ਰਾਜਨੀਤਿਕ ਸਵਾਰਥ ਨਹੀਂ ਹੈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਜੇ ਉਹ ਜਿਹੜਾ 13 ਤਰੀਕ ਦਾ ਜਿਹੜਾ ਬੰਦ ਦਾ ਸੱਦਾ ਸੀਗਾ ਉਹ ਸਤਗੁਰੂ ਰਵੀਦਾਸ ਸਾਧੂ ਸੰਪਰਦਾਇਕ ਸੁਸਾਇਟੀ ਪੰਜਾਬ ਅਤੇ ਸਮੂਹ ਸੰਤ ਸਮਾਜ ਵੱਲੋਂ ਸੀਗਾ ਔਰ ਉਹਦਾ ਸਮਰਥਨ ਲੁਧਿਆਣੇ ਦੇ ਅੰਦਰ ਸਤਗੁਰੂ ਰਵੀਦਾਸ ਧਰਮ ਸਮਾਜ ਔਰ ਤਾਂ ਇਹ 40 ਮੈਂਬਰੀ ਕਮੇਟੀ ਸੰਘਰਸ਼ ਕਮੇਟੀ ਜਿਹੜੀ ਬਣੀ ਆ ਜਿਹਦੇ ਵਿੱਚ ਸ਼ਰੋਮਣੀ ਮੰਦਰ ਸ੍ਰੀ ਗੁਰੂ ਰਵਿਦਾਸ ਬਸਤੀ ਜੋਧਿਆਲ ਉਹਨਾਂ ਦੇ ਵੀ ਆਗੂ ਸਹਿਬਾਨ ਸੀਗੇ ਔਰ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਉਹਨਾਂ ਨੇ ਵੀ ਸਾਨੂੰ ਸਾਥ ਦਿੱਤਾ ਜੇ ਅਸੀਂ ਰਾਜਨੀਤਿਕ ਤੌਰ ਤੇ ਗੱਲ ਕਰੀਏ ਜਿਹੜੀ ਇਹ ਜਗ੍ਹਾ ਆ ਜਿਹੜੀ ਇਹ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਨੂੰ ਢਾਇਆ ਗਿਆ ਢਾਹ ਢੇਰੀ ਕੀਤਾ ਗਿਆ ਕਿਉਂਕਿ 1900 ਰੇਟ ਦੇ ਵਿੱਚ ਡੀਡੀਏ ਬਣਦੀ ਆ 1963 ਦੇ ਵਿੱਚ ਡੀਡੀਏ ਬਣਦੀ ਆ 1992 ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਸਰਕਾਰ ਜਦੋਂ ਹੋਣ ਚਾਈ 1963 ਤੋਂ ਬਾਅਦ ਡੀਡੀਏ ਬਣ ਤੋਂ ਬਾਅਦ ਦੁਆਰਾ ਕਾਂਗਰਸ ਦੀ ਸਰਕਾਰ ਹੋਣ ਚਾਈ ਉਹ ਜਗ੍ਹਾ ਸਾਰੀ ਦੀ ਸਾਰੀ ਕਾਂਗਰਸ ਹੀ ਕਾਂਗਰਸ ਦੀ ਹੀ ਸਰਕਾਰ ਨੇ ਇਹ ਡੀਡੀਏ ਦੇ ਸਮਰਧ ਕੀਤੀ ਸੀ ਇਸ ਕਰਕੇ ਅਸੀਂ ਜੇ ਜਿੱਦਾਂ ਦੀ ਸਾਡੇ ਲਈ ਭਾਜਪਾ ਸਰਕਾਰ ਹਾਕਮ ਸਰਕਾਰ ਨੇ ਜਿਹੜਾ ਹਾਈ ਕੋਰਟ ਦਾ ਫੈਸਲਾ ਲੈ ਸੁਪਰੀਮ ਕੋਰਟ ਦਾ ਫੈਸਲਾ ਸੌਰੀ ਸੁਪਰੀਮ ਕੋਰਟ ਦਾ ਫੈਸਲਾ ਲੈ ਕੇ ਇਹ ਮੰਦ ਭਾਗੀ ਜਿਹੜੀ ਘਟਨਾ ਸਾਡੇ ਸਮਾਜ ਨਾਲ ਉਹ ਉਹਨਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਉਤੋਂ ਸਭ ਤੋਂ ਵੱਡੀ ਜਿਹੜੀ ਕਾਂਗਰਸ ਵੀ ਇਹ ਨਹੀਂ ਵੀ ਸਾਡੇ ਨਾਲ ਕਿਉਂਕਿ ਉਹ ਇਤਿਹਾਸਕ ਜਗ੍ਹਾ ਨੂੰ ਇਹ ਡੀਡੀਏ ਦੇ ਹਵਾਲੇ ਕਰਕੇ ਸਾਡੀ ਭਾਵਨਾਵਾਂ ਨਾਲ ਉਹਨਾਂ ਨੇ ਵੀ ਕੁਝ ਅਰਸਾ ਪਹਿਲਾਂ ਸਾਡੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਹੈ ਕਿਉਂਕਿ ਅਫਸੋਸ ਇਸ ਗੱਲ ਦਾ ਰਿਹਾ ਸਾਡੇ ਸਾਡਾ ਦੁਖਾਂਤ ਇਸ ਗੱਲ ਦਾ ਸਾਡੇ ਸਮਾਨ ਦਾ ਰਿਹਾ ਵੀ ਲੇਕਿਨ ਇਸ ਸਥਾਨ ਦਾ ਕਿਸੇ ਨੂੰ ਵੀ ਪਬਲਿਕ ਤੌਰ ਤੇ ਪਤਾ ਨਹੀਂ ਸੀ ਔਰ ਸਾਡੇ ਸੰਤ ਸਮਾਜ ਨੇ ਵੀ ਇਸ ਸਥਾਨ ਨੂੰ ਪਤਾ ਨਹੀਂ ਕਿਹਾ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਹੋ ਸਕਦੀ ਆ ਇਹ ਰਾਜਨੀਤਿਕ ਲੋਕਾਂ ਦੀ ਵੀ ਔਰ ਧਾਰਮਿਕ ਆਗੂ ਸਹਿਵਾਨਾਂ ਦੀ ਵੀ ਕਿ ਇਸ ਸਥਾਨ ਨੂੰ ਉਹਨਾਂ ਨੇ ਉਜਾਗਰ ਨਹੀਂ ਕੀਤਾ ਇਹ ਸਾਡਾ ਸਭ ਤੋਂ ਵੱਡਾ ਦੁਖਾਂਤ ਰਿਹਾ ਔਰ ਸਰ ਜੋ ਇਸ ਚੈਨਲ ਨੂੰ ਦਰਸ਼ਕ ਦੇਖ ਰਹੇ ਨੇ ਫੈਨ ਅਮਰਕਾ TV ਨੂੰ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਚੈਨਲ ਆ ਜਿਹੜਾ ਇਹ ਸਾਡੇ ਸਮਾਜ ਦੀਆਂ ਵੱਡੇ ਪੱਧਰ ਤੇ ਦੁੱਖ ਤਕਲੀਫਾਂ ਦਾ ਸ਼ਰੀਕ ਸਾਡੇ ਦੁੱਖ ਸੁੱਖ ਦਾ ਸ਼ਰੀਕ ਬਣ ਕੇ ਸਾਡੇ ਨਾਲ ਖੜਦਾ ਹੈ ਔਰ ਮੈਂ ਆਪਣੇ ਬਹੁਜਨ ਸਮਾਜ ਦੇ ਲੋਕਾਂ ਨੂੰ ਔਰ ਸਤਿਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਦੀਆਂ ਜਿਹੜੀਆਂ ਜਿੰਨੀਆਂ ਵੀ ਸਵਾ ਸੁਸਾਇਟੀਆਂ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਜਿੰਨੀਆਂ ਵੀ ਸੰਸਥਾਵਾਂ ਔਰ ਆਤਮਾਹਾਂ ਪੁਰਸ਼ਾਂ ਦੇ ਨਾਂ ਤੇ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਸਮਾਜਿਕ ਜਥੇਬੰਦੀ ਬੰਦਿਆਂ ਚਾਹੇ ਹੋਰ ਕੀ ਜਿਹੜੀਆਂ ਜੱਥੇਬੰਦियां ਸੋਸ਼ਲ ਐਕਟੀਵਿਟੀ ਕਰਨ ਵਾਲੇ ਆਗੂ ਸਹਿਵਾਨ ਆ ਰਾਜਨੀਤਿਕ ਆਗੂ ਸਹਿਵਾਨ ਸਾਡੇ ਸਮਾਜ ਦੇ ਜਿਹੜੇ ਉਹਨਾਂ ਨੂੰ ਇਹ ਇਹ ਫੈਨ ਅੰਬੇਡਕਰ ਚੈਨਲ ਦਾ ਜਿਹੜਾ ਹੈਗਾ ਉਹ ਉਹਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਔਰ ਮੈਂ ਫਿਰ ਆਪਣੀ ਜਿਹੜੀ ਸਾਡੀ 45 ਮੈਂਬਰੀ ਕਮੇਟੀ ਬਣੀ ਆ ਸਤਗੁਰੂ ਰਵਿਦਾਸ ਧਰਮ ਸਮਾਜ ਰਜਿਸਟਰ ਪੰਜਾਬ ਔਰ 45 ਮੈਂਬਰੀ ਕਮੇਟੀ ਬਣੀਆ ਔਰ ਸਮੂਹ ਜ਼ਿਲ੍ਹਾ ਲੁਧਿਆਣੇ ਦੀਆਂ ਸਤਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਵੱਲੋਂ ਔਰ ਗੁਰੂ ਘਰ ਦੀਆਂ ਸਮੂਹ ਕਮੇਟੀਆਂ ਵੱਲੋਂ ਔਰ ਸ਼ਰੋਮਣੀ ਮੰਦਰ ਸਤਗੁਰੂ ਰਵਿਦਾਸ ਮੰਦਰ ਵਸਤੀ ਜੋਧਿਆਲ ਦੀ ਕਮੇਟੀ ਵੱਲੋਂ ਔਰ ਫਿਰ ਦੁਆਰਾ ਸਤਗੁਰੂ ਰਵਿਦਾਸ ਧਰਮ ਸਮਾਜ ਰਜਿਸਟਰ ਪੰਜਾਬ ਵੱਲੋਂ ਔਰ ਖੀਰ ਤੇ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਮੈਂ ਸਾਰਿਆਂ ਵੱਲੋਂ ਇਹ ਤੁਹਾਡਾ ਧੰਨਵਾਦ ਕਰਦਾ ਔਰ ਫਿਰ ਪੂਰ ਪੂਰਨ ਤੌਰ ਤੇ ਮੈਂ ਇਹ ਗੱਲ ਕਹਿਣੀ ਚਾਹਨਾ ਮੌਜੂਦਾ ਸਰਕਾਰ ਨੂੰ ਹਾਕਮ ਸਰਕਾਰ ਨੂੰ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਦੇ ਸਹਿਯੋਗ ਦੇ ਨਾਲ ਤੁਸੀਂ ਉਹਦਾ ਔਟ ਆਸਰਾ ਲੈ ਕੇ ਸਤਗੁਰੂ ਰਵਿਦਾਸ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਨੂੰ ਤਾਂ ਟਾਇਆ ਟਹਿ ਢੇਰੀ ਕੀਤਾ ਉਸ ਫੈਸਲੇ ਤੇ ਮੁੜ ਵਿਚਾਰ ਕਰਕੇ ਇਹ ਕਰੋਨਾ ਲੋਕਾਂ ਦੇ ਸਤਗੁਰੂ ਰਵਿਦਾਸੀਆ ਉਹਨੀਆਂ ਮੰਨਣ ਵਾਲੀਆਂ ਸੰਗਤਾਂ ਨੂੰ ਇਹ ਇਨਸਾਫ ਦਿੱਤਾ ਜਾਵੇ ਰਵਿਦਾਸੀਆ ਸਮਾਜ ਨੂੰ ਇਨਸਾਫ ਦਿੱਤਾ ਜਾਵੇ ਔਰ ਆਦ ਧਰਮੀ ਕੌਮ ਨੂੰ ਸਮਾਜ ਦਿੱਤਾ ਇਹ ਇਨਸਾਫ ਦਿੱਤਾ ਵੀ ਇਹੀ ਆਸ ਉਮੀਦ ਰੱਖ ਕੇ ਮੈਂ ਤੁਹਾਡਾ ਫਿਰ ਕੋਟਨ ਕੋਟਨਾ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਹੋਰ ਸਾਰੀਆਂ ਸੰਸਥਾਵਾਂ ਵੱਲੋਂ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸਾਡੇ ਨਾਲ ਭੋਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਬਲਵਿੰਦਰ ਬਿੱਟਾ ਜੀ ਸੋ ਇੱਕ ਨਵੀਂ ਮੁਲਾਕਾਤ ਨਵੀਂ ਸ਼ਖਸੀਅਤ ਦੇ ਨਾਲ ਹੋਵੇਗੀ ਤਦ ਤੱਕ ਦੇ ਲਈ ਦੇਖਦੇ ਰਹੋ ਫੈਨ ਅੰਬੇਡਾ ਟੀਵੀ ਦੇ ਇਜਾਜ਼ਤ ਜੈ ਭੀਮ ਧੰਨਵਾਦ